ਕੋਈ ਲਫ਼ਜ਼ ਨਹੀਂ ਹੈਗੇ, ਕੋਈ ਲਫ਼ਜ਼ ਨਹੀਂ, ਕਿਉਂਕਿ ਅਕਸਰ ਅਸੀਂ ਮੱਥਾ ਟੇਕਣ ਲਈ ਸਾਡੀਆਂ ਤੀਰਥ ਯਾਤਰਾ ਦੀਆਂ ਬੱਸਾਂ ਲਗਾਤਾਰ ਜਾਂਦੀਆਂ, ਔਰ ਮੈਨੂੰ ਜੋ ਪਤਾ ਲੱਗਾ ਵੀ ਹਰ ਸਾਲ ਲੈ ਕੇ ਜਾਂਦੇ ਸੀ, ਲੇਕਿਨ ਇਹ ਇੱਦਾਂ ਦਾ ਮਾੜਾ ਦਿਨ ਸੀਗਾ, ਮਾੜੀ ਘਟਨਾ ਆ ਜਿਹਦੇ ਲਈ ਨਾ ਤਾਂ ਕੋਈ ਸ਼ਬਦ ਹੈ, ਨਾ ਦੁੱਖ ਵਿਅਕਤ ਕਰਨ ਨੂੰ ਵੀ ਦਿਲ ਨਹੀਂ ਕਰ ਰਿਹਾ, ਐਡਾ ਭਾਰਾ ਦੁੱਖ ਹੈ ਵੀ ਉਹਨੂੰ ਵਿਅਕਤ ਕਿਸ ਲਫ਼ਜ਼ਾਂ 'ਚ ਕੀਤਾ ਜਾਵੇ। ਔਰ ਸਾਰਾ ਹੀ ਪਰਿਵਾਰ ਗਲੀ ਹੈ, ਇੱਥੇ ਰਕੇਸ਼ ਜੀ ਦਾ ਪਰਿਵਾਰ ਆ, ਨਾਲ ਡਡਵਾਲ ਪਰਿਵਾਰ ਹੈ, ਗਲੀ ਵਾਲੇ ਹੋਰ ਸਾਥੀ ਹੈ, ਕੋਈ ਲੁਧਿਆਣੇ ਦੇ ਪਰਿਵਾਰ ਨਾਲ ਇਹਨਾਂ ਦੇ ਐਸੋਸੀਏਟਡ ਸੀ, ਅੱਗੇ ਵੀ ਜਾਂਦੇ ਸੀ, ਉਹ ਬਿੰਦਾਵਨ ਧਾਮ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ, ਔਰ ਬੱਸ ਦੇ ਜੋ ਦੱਸਦੇ ਪਏ ਥੱਲੇ ਅੱਗ ਲੱਗੀ, ਜੋ ਸਾਨੂੰ ਵਾਕਿਆ ਪਤਾ ਲੱਗਾ। ਲੇਕਿਨ ਜਿੱਦਾਂ ਹੀ ਮੈਨੂੰ ਸਵੇਰੇ ਪਤਾ ਲੱਗਾ ਸੀ, ਸਾਰੇ ਸਾਥੀ ਇੱਥੋਂ ਉੱਥੇ ਘਟਨਾ 'ਤੇ ਪਹੁੰਚੇ ਆ, ਔਰ ਰਸਤੇ ਸਾਡੇ ਨਾਲ ਗੱਲ ਕਰਦੇ ਗਏ, ਡਿਪਟੀ ਕਮਿਸ਼ਨਰ, SSP, ਉੱਥੇ ਪੰਜਾਬ ਹਰਿਆਣਾ ਗੌਰਮੈਂਟ ਨੂੰ ਸਾਰਾ ਹੀ ਅਸੀਂ ਕਹਿ ਦਿੱਤਾ ਸੀਗਾ। ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕਾਰਿਆਲਾ ਤੋਂ ਵੀ ਮੈਸੇਜ ਜਿਹੜਾ ਹਰਿਆਣਾ ਗੌਰਮੈਂਟ ਨੂੰ ਲੱਗ ਗਿਆ, ਉਹਨਾਂ ਦੇ ਕਾਰਿਆਲਾ ਤੋਂ ਵੀ ਲੱਗ ਗਿਆ, ਔਰ ਜੋ ਉਸ ਵੇਲੇ ਹੁਣ ਜੋ ਹੋਇਆ ਉਹ ਤਾਂ ਸਾਡੇ ਕੋਲ, ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਦੁੱਖ ਵਿਅਕਤ ਕਰਨ ਲਈ ਵੀ ਲਫ਼ਜ਼ ਨਹੀਂ ਹੈਗੇ ਆ, ਕਿਸ ਲਫ਼ਜ਼ਾਂ ਦੇ ਵਿੱਚ ਮੈਂ ਪਰਮਾਤਮਾ ਨਾਲ ਗੱਲਾਂ ਕਰਾਂ, ਉਹਨੂੰ ਕੀ ਕਹਾਂ ਵੀ ਕਿਹੜੀ ਇੱਦਾਂ ਦੀ ਘੜੀ ਹੁੰਦੀ ਹੈ ਜਿੱਥੇ ਇੰਨੇ ਵੱਡੀ ਗੱਲ ਆ, ਪਰਿਵਾਰ ਦਾ ਪਰਿਵਾਰ ਖਤਮ ਹੋ ਗਿਆ। ਜੋ ਦੱਸਦੇ ਪਏ ਰਕੇਸ਼ ਜੀ ਦੇ ਪਰਿਵਾਰ 'ਚ ਉਹਨਾਂ ਦੀ ਮਿਸਿਜ, ਉਹਨਾਂ ਦਾ ਬੇਟਾ, ਉੱਧਰ ਉਹਨਾਂ ਦੇ ਭਾਈ ਦੀ ਪੋਤੀ, ਜਾਂ ਇੱਦਾਂ ਹੋਰ ਪਰਿਵਾਰ ਜਿਹੜੇ ਚਲੇ ਗਏ, ਇਹ ਸਾਡੇ ਹੁਸ਼ਿਆਰਪੁਰ ਦੇ ਲਈ ਇਸ ਤੋਂ ਵੱਡੀ ਦਰਦਨਾਕ ਘਟਨਾ ਨਹੀਂ। ਮੈਂ ਆਪਣੇ ਵੱਲੋਂ, ਮੇਰੇ ਨਾਲ ਡਾਕਟਰ ਰਾਜ ਕੁਮਾਰ ਜੀ ਵੀ, ਅਸੀਂ ਇਕੱਠੇ ਸੀਗੇ ਸਮਾਜ ਨਾਲ, ਸਵੇਰੇ ਇਹਨਾਂ ਨੇ ਵੀ ਸਾਰੇ ਪ੍ਰਬੰਧ ਕਰਾਏ ਮੇਰੇ ਨਾਲ ਰਲ ਕੇ, ਔਰ ਮੁੱਖ ਮੰਤਰੀ ਜੀ ਵੱਲੋਂ ਵੀ, ਉਹਨਾਂ ਵੱਲੋਂ ਵੀ ਮੈਨੂੰ ਸਾਰਿਆਂ ਨਾਲ ਮੈਸੇਜ ਲੱਗਾ ਵੀ ਬਹੁਤ ਦੁੱਖਦਾਈ ਘਟਨਾ ਹੈ ਸਾਡੀ ਸਾਰੀ ਪਾਰਟੀ ਵੱਲੋਂ, ਲੇਕਿਨ ਇਸ ਪਰਿਵਾਰ ਸਾਡੇ ਕੋਲ ਇਹਦਾ ਹੱਲ ਕੋਈ ਨਹੀਂ ਕਿਸੇ ਕੋਲ। ਪੰਜਾਬ ਸਰਕਾਰ ਵੱਲੋਂ ਇਹਦੇ ਉੱਧਰਲੀ ਸਰਕਾਰ ਨਾਲ ਕੀ, ਉਹਨਾਂ ਦੇ ਨਾਲ ਉਸੇ ਵੇਲੇ ਜਿਹੜਾ ਜੋ ਪ੍ਰਬੰਧ ਹੋ ਸਕਦਾ ਸੀ ਹਸਪੀਟਲ ਦੇ ਅੰਦਰ ਪੋਸਟਮਾਰਟਮ ਕਰਨ ਲਈ, ਬੋਡੀਜ਼ ਨੂੰ ਲੈ ਕੇ ਆਉਣ ਲਈ ਜੋ ਉਪਰਾਲਾ ਹੈਗਾ ਉਹ ਸਰਕਾਰ ਵੱਲੋਂ, ਪੰਜਾਬ ਸਰਕਾਰ ਆਪਸ ਦੇ ਵਿੱਚ ਇਕੱਠੇ ਹੋ ਕੇ ਕਰ ਰਹੇ ਹੈ। ਕੋਈ ਲਫ਼ਜ਼ ਨਹੀਂ ਹੈਗੇ, ਕੋਈ ਲਫ਼ਜ਼ ਨਹੀਂ, ਕਿਉਂਕਿ ਅਕਸਰ ਅਸੀਂ ਮੱਥਾ ਟੇਕਣ ਲਈ ਸਾਡੀਆਂ ਤੀਰਥ ਯਾਤਰਾ ਦੀਆਂ ਬੱਸਾਂ ਲਗਾਤਾਰ ਜਾਂਦੀਆਂ, ਔਰ ਮੈਨੂੰ ਜੋ ਪਤਾ ਲੱਗਾ ਵੀ ਹਰ ਸਾਲ ਲੈ ਕੇ ਜਾਂਦੇ ਸੀ, ਲੇਕਿਨ ਇਹ ਇੱਦਾਂ ਦਾ ਮਾੜਾ ਦਿਨ ਸੀਗਾ, ਮਾੜੀ ਘਟਨਾ ਆ ਜਿਹਦੇ ਲਈ ਨਾ ਤਾਂ ਕੋਈ ਸ਼ਬਦ ਹੈ, ਨਾ ਦੁੱਖ ਵਿਅਕਤ ਕਰਨ ਨੂੰ ਵੀ ਦਿਲ ਨਹੀਂ ਕਰ ਰਿਹਾ, ਐਡਾ ਭਾਰਾ ਦੁੱਖ ਹੈ ਵੀ ਉਹਨੂੰ ਵਿਅਕਤ ਕਿਸ ਲਫ਼ਜ਼ਾਂ 'ਚ ਕੀਤਾ ਜਾਵੇ। ਔਰ ਸਾਰਾ ਹੀ ਪਰਿਵਾਰ ਗਲੀ ਹੈ, ਇੱਥੇ ਰਕੇਸ਼ ਜੀ ਦਾ ਪਰਿਵਾਰ ਆ, ਨਾਲ ਡਡਵਾਲ ਪਰਿਵਾਰ ਹੈ, ਗਲੀ ਵਾਲੇ ਹੋਰ ਸਾਥੀ ਹੈ, ਕੋਈ ਲੁਧਿਆਣੇ ਦੇ ਪਰਿਵਾਰ ਨਾਲ ਇਹਨਾਂ ਦੇ ਐਸੋਸੀਏਟਡ ਸੀ, ਅੱਗੇ ਵੀ ਜਾਂਦੇ ਸੀ, ਉਹ ਬਿੰਦਾਵਨ ਧਾਮ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ, ਔਰ ਬੱਸ ਦੇ ਜੋ ਦੱਸਦੇ ਪਏ ਥੱਲੇ ਅੱਗ ਲੱਗੀ, ਜੋ ਸਾਨੂੰ ਵਾਕਿਆ ਪਤਾ ਲੱਗਾ। ਲੇਕਿਨ ਜਿੱਦਾਂ ਹੀ ਮੈਨੂੰ ਸਵੇਰੇ ਪਤਾ ਲੱਗਾ ਸੀ, ਸਾਰੇ ਸਾਥੀ ਇੱਥੋਂ ਉੱਥੇ ਘਟਨਾ 'ਤੇ ਪਹੁੰਚੇ ਆ, ਔਰ ਰਸਤੇ ਸਾਡੇ ਨਾਲ ਗੱਲ ਕਰਦੇ ਗਏ, ਡਿਪਟੀ ਕਮਿਸ਼ਨਰ, SSP, ਉੱਥੇ ਪੰਜਾਬ ਹਰਿਆਣਾ ਗੌਰਮੈਂਟ ਨੂੰ ਸਾਰਾ ਹੀ ਅਸੀਂ ਕਹਿ ਦਿੱਤਾ ਸੀਗਾ। ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕਾਰਿਆਲਾ ਤੋਂ ਵੀ ਮੈਸੇਜ ਜਿਹੜਾ ਹਰਿਆਣਾ ਗੌਰਮੈਂਟ ਨੂੰ ਲੱਗ ਗਿਆ, ਉਹਨਾਂ ਦੇ ਕਾਰਿਆਲਾ ਤੋਂ ਵੀ ਲੱਗ ਗਿਆ, ਔਰ ਜੋ ਉਸ ਵੇਲੇ ਹੁਣ ਜੋ ਹੋਇਆ ਉਹ ਤਾਂ ਸਾਡੇ ਕੋਲ, ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਦੁੱਖ ਵਿਅਕਤ ਕਰਨ ਲਈ ਵੀ ਲਫ਼ਜ਼ ਨਹੀਂ ਹੈਗੇ ਆ, ਕਿਸ ਲਫ਼ਜ਼ਾਂ ਦੇ ਵਿੱਚ ਮੈਂ ਪਰਮਾਤਮਾ ਨਾਲ ਗੱਲਾਂ ਕਰਾਂ, ਉਹਨੂੰ ਕੀ ਕਹਾਂ ਵੀ ਕਿਹੜੀ ਇੱਦਾਂ ਦੀ ਘੜੀ ਹੁੰਦੀ ਹੈ ਜਿੱਥੇ ਇੰਨੇ ਵੱਡੀ ਗੱਲ ਆ, ਪਰਿਵਾਰ ਦਾ ਪਰਿਵਾਰ ਖਤਮ ਹੋ ਗਿਆ। ਜੋ ਦੱਸਦੇ ਪਏ ਰਕੇਸ਼ ਜੀ ਦੇ ਪਰਿਵਾਰ 'ਚ ਉਹਨਾਂ ਦੀ ਮਿਸਿਜ, ਉਹਨਾਂ ਦਾ ਬੇਟਾ, ਉੱਧਰ ਉਹਨਾਂ ਦੇ ਭਾਈ ਦੀ ਪੋਤੀ, ਜਾਂ ਇੱਦਾਂ ਹੋਰ ਪਰਿਵਾਰ ਜਿਹੜੇ ਚਲੇ ਗਏ, ਇਹ ਸਾਡੇ ਹੁਸ਼ਿਆਰਪੁਰ ਦੇ ਲਈ ਇਸ ਤੋਂ ਵੱਡੀ ਦਰਦਨਾਕ ਘਟਨਾ ਨਹੀਂ। ਮੈਂ ਆਪਣੇ ਵੱਲੋਂ, ਮੇਰੇ ਨਾਲ ਡਾਕਟਰ ਰਾਜ ਕੁਮਾਰ ਜੀ ਵੀ, ਅਸੀਂ ਇਕੱਠੇ ਸੀਗੇ ਸਮਾਜ ਨਾਲ, ਸਵੇਰੇ ਇਹਨਾਂ ਨੇ ਵੀ ਸਾਰੇ ਪ੍ਰਬੰਧ ਕਰਾਏ ਮੇਰੇ ਨਾਲ ਰਲ ਕੇ, ਔਰ ਮੁੱਖ ਮੰਤਰੀ ਜੀ ਵੱਲੋਂ ਵੀ, ਉਹਨਾਂ ਵੱਲੋਂ ਵੀ ਮੈਨੂੰ
ਸਾਰਿਆਂ ਨਾਲ ਮੈਸੇਜ ਲੱਗਾ ਵੀ ਬਹੁਤ ਦੁਖਦਾਈ ਘਟਨਾ ਸਾਡੀ ਸਾਰੀ ਪਾਰਟੀ ਵੱਲੋਂ, ਲੇਕਿਨ ਇਸ ਪਰਿਵਾਰ ਸਾਡੇ ਕੋਲ ਇਹਦਾ ਹੱਲ ਕੋਈ ਨਹੀਂ ਕਿਸੇ ਕੋਲ। ਪੰਜਾਬ ਸਰਕਾਰ ਵੱਲੋਂ ਇਹਦੇ ਉੱਧਰਲੀ ਸਰਕਾਰ ਨਾਲ ਕੀ ਉਹਨਾਂ ਦੇ ਨਾਲ ਉਸੇ ਵੇਲੇ ਜਿਹੜਾ ਜੋ ਪ੍ਰਬੰਧ ਹੋ ਸਕਦਾ ਸੀ ਹਸਪੀਟਲ ਦੇ ਅੰਦਰ ਪੋਸਟਮਾਰਟਮ ਕਰਨ ਲਈ, ਬੋਡੀਜ਼ ਨੂੰ ਲੈ ਕੇ ਆਉਣ ਲਈ, ਜੋ ਉਪਰਾਲਾ ਹੈਗਾ ਉਹ ਸਰਕਾਰ ਵੱਲੋਂ ਪੰਜਾਬ ਸਰਕਾਰ ਆਪਸ ਦੇ ਵਿੱਚ ਇਕੱਠੇ ਹੋ ਕੇ ਕਰ ਰਹੇ ਹੈ।